ਲੁਟੇਰਿਆਂ ਪਿੱਛੇ 20 ਕਿਲੋਮੀਟਰ ਦੂਰ ਤੱਕ ਭੱਜੀ ਹੈ ਪੁਲਿਸ, ਜਿਸ ਤੋਂ ਬਾਅਦ ਲੁਟੇਰਿਆਂ ਨੂੰ ਕਾਬੂ ਕਰ ਲਿਆ ਗਿਆ। ਤਾਂ ਇਸ ਵੇਲੇ ਦੀ ਵੱਡੀ ਖਬਰ ਸਾਹਮਣੇ ਆ ਰਹੀ ਹੈ, ਲੁਟੇਰਿਆਂ ਅਤੇ ਪੁਲਿਸ ਵਿਚਾਲੇ ਐਨਕਾਊਂਟਰ ਹੋਇਆ ਹੈ। ਪੁਲਿਸ ਨੇ ਪਿੱਛਾ ਕਰਕੇ ਧਰ ਦਬੋਚੇ ਨੇ ਲੁਟੇਰੇ। ਦੱਸਦੀ ਹੈ ਕਿ ਲੁੱਟ ਕਰਕੇ ਗੱਡੀ ਦੇ ਵਿੱਚ ਬੈਠ ਭੱਜ ਰਹੇ ਸੀ ਲੁਟੇਰੇ, ਤਾਂ ਪੁਲਿਸ ਨੇ ਪਿੱਛਾ ਕਰਕੇ ਕਾਬੂ ਕਰ ਲਏ। ਕਰੀਬ 20 ਕਿਲੋਮੀਟਰ ਤੱਕ ਪੁਲਿਸ ਦੀ ਗੱਡੀ ਨੇ ਲੁਟੇਰਿਆਂ ਦੀ ਗੱਡੀ ਦਾ ਪਿੱਛਾ ਕੀਤਾ, ਤਾਂ ਲੁੱਟ ਦੇ 1 ਘੰਟੇ ਬਾਅਦ ਹੀ ਪੁਲਿਸ ਨੇ ਲੁਟੇਰਿਆਂ ਨੂੰ ਕਾਬੂ ਕਰ ਲਿਆ। ਇਸ ਵੇਲੇ ਦੀ ਵੱਡੀ ਖਬਰ ਬਾਬਾ ਬਕਾਲਾ ਸਾਹਿਬ ਤੋਂ ਸਾਹਮਣੇ ਆ ਰਹੀ ਹੈ, ਜਿੱਥੇ ਦਿਨ ਦਿਹਾੜੇ ਵੱਡਾ ਐਨਕਾਊਂਟਰ ਕੀਤਾ ਗਿਆ ਹੈ। ਇੱਕ ਗੱਡੀ ਸਿਲਵਰ ਰੰਗ ਦੀ ਸਵਿਫਟ, ਜਿਸ ਦੇ ਵਿੱਚ ਬੈਠ ਕੁਝ ਲੁਟੇਰੇ ਲੁੱਟ ਕਰਨ ਤੋਂ ਬਾਅਦ ਭੱਜ ਰਹੇ ਸੀ, ਪੁਲਿਸ ਨੂੰ ਇਤਲਾਹ ਮਿਲੀ। ਪੁਲਿਸ ਨੇ ਗੱਡੀ ਦਾ ਪਿੱਛਾ ਕੀਤਾ, ਕਰੀਬ 20 ਕਿਲੋਮੀਟਰ ਦੂਰ ਤੱਕ ਪਿੱਛਾ ਕਰਨ ਤੋਂ ਬਾਅਦ ਪੁਲਿਸ ਨੇ ਇਹਨਾਂ ਲੁਟੇਰਿਆਂ ਨੂੰ ਧਰ ਦਬੋਚਿਆ ਹੈ। ਤਾਂ ਵੱਡੀ ਖਬਰ ਹੈ, ਬਾਬਾ ਬਕਾਲਾ ਦੀ ਪੁਲਿਸ ਅਤੇ ਲੁਟੇਰੇ ਆਮੋ ਸਾਹਮਣੇ ਹੋ ਗਏ। ਦੇਖ ਸਕਦੇ ਹੋ ਤਸਵੀਰਾਂ ਕਿ ਕਿਵੇਂ ਗੱਡੀ ਲੁਟੇਰਿਆਂ ਦੀ ਭੰਨੀ ਗਈ ਹੈ, ਕਿਉਂਕਿ ਜਿਹੜੀ ਪੁਲਿਸ ਸੀ ਉਹ ਗੱਡੀ ਦੇ ਵਿੱਚ ਕਾਫੀ ਦੂਰ ਤੱਕ ਪਿੱਛਾ ਕਰ ਰਹੀ ਸੀ, ਤਾਂ ਬਾਰ ਬਾਰ ਇਸ ਗੱਡੀ ਨੂੰ ਟੱਕਰ ਮਾਰੀ ਗਈ। ਹੋਰ ਵੀ ਕਈ ਯੰਤਰਾਂ ਦੇ ਨਾਲ ਗੱਡੀ ਨੂੰ ਰੋਕਣ ਦੀ ਕੋਸ਼ਿਸ਼ ਕੀਤੀ ਗਈ, ਤਾਂ 20 ਕਿਲੋਮੀਟਰ ਪਿੱਛਾ ਕਰਨ ਤੋਂ ਬਾਅਦ ਗੱਡੀ ਰੁਕਦੀ ਹੈ, ਜਿਸ ਤੋਂ ਬਾਅਦ 4 ਲੁਟੇਰਿਆਂ ਨੂੰ ਕਾਬੂ ਕਰ ਲਿਆ ਗਿਆ ਹੈ। ਤਾਂ ਇਹ 4 ਲੁਟੇਰੇ ਇੱਕ ਥਾਂ 'ਤੇ ਲੁੱਟ ਦੀ ਵਾਰਦਾਤ ਨੂੰ ਅੰਜਾਮ ਦੇ ਕੇ ਭੱਜ ਰਹੇ ਸੀ, ਤਾਂ ਥਾਣਾ ਖਲਚੀਆਂ ਅਤੇ ਬਿਆਸ ਪੁਲਿਸ ਦੇ ਵੱਲੋਂ ਇਹ ਸਾਂਝਾ ਓਪਰੇਸ਼ਨ ਕੀਤਾ ਗਿਆ ਹੈ। ਬਿਆਸ ਪੁਲਿਸ ਨੂੰ ਇਤਲਾਹ ਮਿਲੀ ਸੀ ਕਿ 4 ਲੁਟੇਰੇ ਲੁੱਟ ਦੀ ਵਾਰਦਾਤ ਕਰਕੇ ਭੱਜ ਰਹੇ ਨੇ, ਤਾਂ ਥਾਣਾ ਖਲਚੀਆਂ ਨੂੰ ਵੀ ਇਤਲਾਹ ਦਿੱਤੀ ਗਈ। ਘੇਰਾ ਪਾ ਕੇ ਪੁਲਿਸ ਨੇ ਇਹਨਾਂ ਲੁਟੇਰਿਆਂ ਨੂੰ ਕਾਬੂ ਕਰ ਲਿਆ।